ਜ਼ਿਲ੍ਹਾ ਗੁਰਦਾਸਪੁਰ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਇਹ ਸੂਹ ਮਿਲੀ ਸੀ ਕਿ ਹਰਚੋਵਾਲ ਕਸਬੇ ਦੇ ਨੇੜੇ ਪਿੰਡ ਭਾਂਬੜੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਜੰਮੂ ਕਟਰਾ ਹਾਈਵੇ ਦੇ ਅਧਿਕਾਰੀ ਕਿਸਾਨਾਂ ਦੀ ਕੁਆਇਰ ਕੀਤੀ ਜ਼ਮੀਨ 'ਤੇ 12 ਜੁਲਾਈ ਨੂੰ ਨਿਸ਼ਾਨ ਲਾਉਣ ਆ ਰਹੇ ਹਨ। ਇਸ ਨੂੰ ਦੇਖਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਖਾਨਪੁਰ, ਜ਼ਿਲ੍ਹਾ ਸਕੱਤਰ ਸੋਹਣ ਸਿੰਘ ਗਿੱਲ ਦੀ ਅਗਵਾਈ ਵਿੱਚ ਪਿੰਡ ਭਾਂਬੜੀ ਵਿੱਚ ਸਵੇਰ ਤੋਂ ਕਿਸਾਨ ਸਣੇ ਬੀਬੀਆਂ ਇਕੱਠੇ ਹੋਣੇ ਸ਼ੁਰੂ ਹੋ ਗਏ। ਮਾਲ ਮਹਿਕਮੇ ਦੇ ਅਧਿਕਾਰੀ ਖੇਤਾਂ ਵਿੱਚ ਨਿਸ਼ਾਨ ਲਾਉਣ ਲੱਗੇ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਪੁਲਿਸ ਨਾਕਾ ਤੋੜ ਕੇ ਅੱਗੇ ਵਧੇ ਅਤੇ ਅਧਿਕਾਰੀਆਂ ਨੂੰ ਨਿਸ਼ਾਨਦੇਹੀ ਲਾਉਣ ਤੋਂ ਰੋਕਿਆ। ਕਿਸਾਨ ਹੋ ਕੇ ਬਹਿ ਜਾਣਾ ਤੇ ਇਸ ਮਸਲੇ ਨੂੰ ਸਿਰੇ ਲਾਉਣਾ ਇਹਨੂੰ ਜਥੇਬੰਦੀ ਕਹਿੰਦੇ ਆ। ਤੇ ਤੁਸੀਂ ਬੈਠੇ ਜੇ ਜਿਹਦੇ ਵਿੱਚ ਕੋਈ ਤੁਹਾਡਾ ਹਿੱਤ ਨਹੀਂ ਹੈਗਾ। ਮੈਨੂੰ ਪਤਾ ਜਦੋਂ ਅਸੀਂ ਸਵੇਰੇ ਇੱਥੇ ਆਏ ਹਾਂ ਜਦੋਂ ਨਿਸ਼ਾਨਦੇਹੀ ਕਰਨ ਦੇ ਅਸੀਂ ਇੱਥੇ ਬੈਠੇ ਹਾਂ। SDM ਸਾਹਿਬ ਸਵੇਰੇ ਸਾਡੇ ਕੋਲ ਆਏ ਆ। ਅਸੀਂ ਆਪਣੀ ਗੱਲ ਰੱਖੀ ਉਹਨਾਂ ਗੱਲ ਸਾਡੇ ਰੱਖੋ ਹੀ ਆਪਣੀ ਗੱਲ ਰੱਖੀ ਹੈ ਤੇ ਉਹ ਚਲ ਗਏ ਅੰਦਰ ਉੱਤੇ ਗੱਲ ਕਰ ਲਈਏ ਕਿ ਇੱਥੇ ਨਿਬੜਨਾ ਜਾਂ ਭਗਵੰਤ ਮਾਨ ਨਾਲ ਤੁਹਾਡੀ ਮੀਟਿੰਗ ਦੇਣੀ ਉੱਥੇ ਨਿਬੜਨਾ ਇੱਕ ਕਰ ਲਓ ਬਈ ਕੋਈ ਗੱਲ ਨਹੀਂ। ਹੁਣ ਉੱਥੇ ਗੱਲ ਕਰਨ ਨੂੰ ਗਏ ਆ ਤੇ ਗੱਲ ਕਰਨ ਵਾਸਤੇ ਹੁਣ ਤੱਕ ਆ 2:30 ਵਜਣ ਡਏ ਆ ਹੁਣ ਤੱਕ ਇੱਥੇ ਨਹੀਂ ਪਹੁੰਚੇ। ਅਸੀਂ ਅਲਟੀਮੇਟਮ ਦਿੱਤਾ ਸੀ ਵੀ 2 ਵਜੇ ਦੇਖੋ ਅਸੀਂ ਇੱਥੇ ਕੁਛ ਨਾ ਕੁਛ ਕਰਾਂਗੇ। ਫਿਰ ਨਾ ਆਖਿਓ ਵੀ ਧਰਨਾ ਲਵਾ ਕੇ ਧਰਨਾ ਸਾਡਾ ਕਰਕੇ ਥੋੜਾ ਲੱਗਿਆ। ਅਸੀਂ ਤਾਂ ਇਹਨੇ ਕਿ ਦਫ਼ਤਰੇ ਬਹਿ ਜਾਂਦੇ ਤੇ ਦਫ਼ਤਰੇ ਬਹਿ ਕੇ ਉੱਥੇ ਗੱਲ ਕਰ ਲੈਂਦੇ। ਤੁਸੀਂ ਵੀ AC 'ਚ ਬਹਿੰਦੇ ਅਸੀਂ ਵੀ ਉੱਥੇ ਪਾਣੀ ਪੂਣੀ ਪੀ ਆਉਂਦੇ AC ਦਾ ਹਵਾ ਲੈ ਉਹਦੇ ਨਾਲੇ ਤੇ ਨਿਪੜ ਉੱਥੇ ਲੈਂਦੇ। ਤੁਸੀਂ ਧਰਨਾ ਲਵਾ ਕੇ ਦਫ਼ਤਰਾਂ ਨੂੰ ਫੇਰ ਜਾਓ ਇਹ ਬਣਦੀ ਆ ਗੱਲ ਭਲਾ। SDM ਸਾਹਿਬਾ ਚਲੇ ਗਏ ਤੇ ਹੁਣ ਤੱਕ ਆਏ ਨਹੀਂ। ਦੇਖੋ ਜੋ ਕਹਿਣਾ ਚਾਹੁੰਦੇ ਜਿਹੜੀ ਗੱਲ ਕਹਿੰਦੇ ਆ ਉਹ ਕਰਦੇ ਆ। ਐ ਨਹੀਂ ਹੈਗਾ ਵੀ ਕਰੀ ਕੁਝ ਜਾਈਏ ਤੇ ਕਈ ਕੁਝ ਜਾਈਏ। ਸਾਡੀ ਜਥੇਬੰਦੀ ਨੇ ਹੁਣ ਤੱਕ ਜੇ 19 ਦਿੱਲੀ ਵਾਲੇ ਪਾ ਲਈਏ ਤੇ 10 ਪਹਿਲੇ ਪਾ ਲਈਏ 29 ਸ਼ਹੀਦ ਆ ਸਾਡੀ ਜਥੇਬੰਦੀ ਦੀ ਆ 20-22 ਸਾਲਾਂ ਦੇ ਵਿੱਚ ਤੇ ਮੁੱਦੇ ਦੇ ਸ਼ਹੀਦ ਆ ਕਿਸੇ